ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ, ਸਟੀਲਮੈਨ ਆਫ ਇੰਡੀਆ। ਸਭ ਤੋਂ ਪਹਿਲਾਂ ਮੈਂ ਵਰਲਡ ਦੀ ਨੰਬਰ 1 ਅਕੈਡਮੀ ਜੈਕਸਨ ਵਿੰਕ MMA ਅਕੈਡਮੀ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ, ਜਿਨ੍ਹਾਂ ਨੇ ਮੈਨੂੰ ਇੰਨੀ ਗ੍ਰੇਟ ਟ੍ਰੇਨਿੰਗ ਦਿੱਤੀ। ਅਤੇ ਇਹ ਟ੍ਰੇਨਿੰਗ ਮੈਂ ਤਾਂ ਹੀ ਲੈ ਸਕਿਆ ਕਿਉਂਕਿ ਹਰਵਿੰਦਰ ਸਿੰਘ USA ਤੋਂ, ਜੋ ਸੈਟਲ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਮੈਨੂੰ ਮਾਈਕ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਂਸਰ ਕੀਤਾ, ਤਾਂ ਹੀ ਮੈਂ ਜਾ ਕੇ ਉੱਥੇ ਟ੍ਰੇਨਿੰਗ ਲੈ ਸਕਿਆ। ਅਤੇ ਮੈਂ ਹਰਵਿੰਦਰ ਸਿੰਘ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਚਾਹੁੰਦਾ, ਜੋ ਮੇਰੇ ਸਪੋਂਸਰ ਨੇ। ਅਤੇ ਰਿਸ਼ਪਾਲ ਭਾਅ ਜੀ, ਜਿਨ੍ਹਾਂ ਦਾ ਤਾਜ ਪੈਲਸ ਹੋਟਲ ਹੈ ਜੋ ਅਲਬਾ ਕਰਕੇ ਨਿਊ ਮੈਕਸੀਕੋ ਦੇ ਵਿੱਚ ਹੈਗਾ, ਅਤੇ ਉਹਨਾਂ ਨੇ ਮੇਰੀ ਟੇਕ ਕੇਅਰ ਕੀਤੀ, ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ। ਅਤੇ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇੰਨੀ ਬੈਸਟ ਵਿਸ਼ਿਜ਼ ਦਿੱਤੀ ਅਤੇ ਅੱਜ ਮੈਂ MMA ਦੀ ਟ੍ਰੇਨਿੰਗ ਲੈ ਚੁੱਕਿਆ। ਅਤੇ ਹੁਣ ਅੱਗੇ ਮੈਂ ਫਾਈਟਸ ਖੇਡਣੀ ਆ, ਅਤੇ ਉਹਦੇ ਲਈ ਮੈਂ ਡੇਲੀ ਪ੍ਰੈਕਟਿਸ ਕਰ ਰਿਹਾ। ਅਤੇ ਮੈਂ ਇੰਡੀਆ ਆਇਆ ਹੋਇਆ ਅਤੇ ਲੋਕਡਾਊਨ ਚੱਲ ਰਿਹਾ, ਤੁਹਾਨੂੰ ਪਤਾ ਹੀ ਹੈ ਸਭ ਨੂੰ। ਅਤੇ ਮੈਂ ਘਰ ਦੇ ਵਿੱਚ ਹੀ ਆਪਣੀ 6 ਓਵਰ ਡੇਲੀ ਪ੍ਰੈਕਟਿਸ ਕਰ ਰਿਹਾ। ਅਤੇ ਪ੍ਰੈਕਟਿਸ ਕਰਦੇ ਕਰਦੇ ਮੇਰੇ ਦਿਮਾਗ 'ਚ ਆਇਆ ਕਿ ਉਹ ਨਾ ਆਪਾਂ ਇੱਕ ਵੀਡੀਓ ਸ਼ੂਟ ਕਰਕੇ ਆਪਣੇ ਫਰੈਂਡਸ ਵਾਸਤੇ, ਆਪਣੇ ਫੈਨਸ ਵਾਸਤੇ, ਸਾਰਿਆਂ ਵਾਸਤੇ ਮੈਂ ਦੇਵਾਂ, ਜਿੰਨੀ ਵੀ ਮੈਨੂੰ ਨੌਲੇਜ ਹੈ, ਅਤੇ ਮੈਂ ਅੱਗੇ ਉਹਨਾਂ ਨੂੰ ਦੇਵਾਂ, ਤਾਂ ਕਿ ਉਹ ਵੀ ਬੋਡੀ ਨੂੰ ਫਿੱਟ ਕਰ ਸਕਣ, ਅਤੇ ਥੋੜ੍ਹੀ ਬਹੁਤੀ ਹੈਲਪ ਅਗਰ ਮੇਰੇ ਵੱਲੋਂ ਹੋ ਸਕਦੀ ਤਾਂ ਮੈਂ ਉਹਨਾਂ ਨੂੰ ਕਰ ਸਕਾਂ। ਤਾਂ ਮੇਰਾ ਮਕਸਦ ਹੈ ਨੋ ਐਕਸਰਸਾਈਜ਼ ਨੋ ਲਾਈਫ, ਇਸੀ ਮੋਟਿਵ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ। ਅਤੇ ਇਹ ਵੀਡੀਓ ਅੱਜ ਅਸੀਂ ਥੋੜ੍ਹੀ ਸਟੈਚਿੰਗ ਦੀ ਐਕਸਰਸਾਈਜ਼ ਜਾਂ ਬੇਸਿਕ ਤੁਹਾਨੂੰ ਦੱਸਾਂਗੇ, ਉਸ ਤੋਂ ਬਾਅਦ ਫਿਰ ਮੈਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਐਕਸਰਸਾਈਜ਼ ਦੀ ਵੀਡੀਓ। ਅਤੇ ਤੁਹਾਡੇ ਜੋ ਵੀ ਕੁਸ਼ਚਨ ਹੋਣਗੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਯੂਟਿਊਬ 'ਤੇ, ਅਤੇ ਮੇਰੇ ਫੇਸਬੁੱਕ ਚੈਨਲ 'ਤੇ, ਅਤੇ ਮੇਰੇ ਫੇਸਬੁੱਕ ਪੇਜ ਆ ਸਟੀਲਮੈਨ ਅਮਨਦੀਪ ਸਿੰਘ, ਅਤੇ ਯੂਟਿਊਬ ਚੈਨਲ ਹੈਗਾ ਸਟੀਲਮੈਨ ਅਮਨਦੀਪ ਸਿੰਘ, ਤੁਸੀਂ ਸਬਸਕ੍ਰਾਈਬ ਕਰੋ ਅਤੇ ਉਹਦੇ ਵਿੱਚ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਮੈਂ ਤੁਹਾਡੇ ਵਾਸਤੇ ਨਵੀਂ ਨਵੀਂ ਵੀਡੀਓ ਲਿਆਉਂਦਾ ਰਹਾਂਗਾ, ਜਿੰਨੀ ਕੁ ਮੈਨੂੰ ਪਰਮਾਤਮਾ ਨੇ ਨੌਲੇਜ ਦਿੱਤੀ ਹੈ ਮੈਂ ਅੱਗੇ ਤੁਹਾਨੂੰ ਦੱਸਦਾ ਰਹਾਂਗਾ, ਠੀਕ ਹੈ ਜੀ। ਤਾਂ ਆਪਾਂ ਪਹਿਲਾਂ ਅੱਜ ਸਿਰਫ ਲੈਗ ਸਟੈਚਿੰਗ ਦੀ 7-8 ਐਕਸਰਸਾਈਜ਼ ਮੈਂ ਅੱਜ ਤੁਹਾਨੂੰ ਕਰਕੇ ਦਿਖਾਊਂਗਾ। ਤਾਂ ਸਭ ਤੋਂ ਪਹਿਲਾਂ ਰਿਲੈਕਸ ਹੋ ਕੇ ਆਪਾਂ ਲੈਗਸ ਅਤੇ ਹੈਮਸਟ੍ਰਿੰਗ ਸਟ੍ਰੈਚ ਐਂਡ ਥਾਈ ਸਟ੍ਰੈਚ ਵਾਸਤੇ ਆਪਾਂ ਸਟਾਰਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਸਲੋ ਮੋਸ਼ਨ ਨਾਲ ਨੀਚੇ ਜਾਣਾ, ਠੀਕ ਹੈ। ਜਿਨ੍ਹਾਂ ਦੇ ਹੱਥ ਸਟਾਰਟਿੰਗ ਹੈ, ਹਾਲੇ ਸਟਾਰਟ ਕਰ ਰਹੇ ਹਨ, ਉਹਨਾਂ ਦੇ ਹੱਥ ਇੱਥੋਂ ਤੱਕ ਹੀ ਜਾਣਗੇ, ਅਤੇ ਜਿਨ੍ਹਾਂ ਦੀ ਪ੍ਰੈਕਟਿਸ ਹੈ ਹੈਮਸਟ੍ਰਿੰਗ ਲੈਗਸ ਹੈਗਾ ਮਸਲ ਤੁਹਾਡਾ, ਇਹ ਤੁਹਾਡੇ ਟੱਚ ਹੋਣਗੇ, ਅਤੇ ਤੁਸੀਂ ਇੱਥੇ ਰੁਕਣਾ ਹੈ 1, 2, 3, 4, 5, 6, 7, 8, 9, 10। ਨੀ ਨੂੰ ਬੈਂਡ ਨਹੀਂ ਕਰਨਾ, ਨੀ ਸਟੇਟ ਰਹਿਣਗੀ ਤਾਂ ਹੀ ਤੁਹਾਨੂੰ ਸਟ੍ਰੈਚ ਮਹਿਸੂਸ ਹੋਏਗਾ। 1, 2, 3, 4, 5, 6, 7, 8, 9, 10 ਇਸ ਤਰ੍ਹਾਂ ਹੀ ਤੁਸੀਂ ਸਾਈਡ 'ਤੇ ਜਾਣਾ, 1, 2, 3, 4, 5, 6, 7, 8, 9, 10 ਇਸ ਤਰ੍ਹਾਂ ਹੀ ਸੈਕਿੰਡ ਪੋਜੀਸ਼ਨ 1, 2, 3, 4, 5, 6, 7, 8, 9, 10 ਹੈਂਡ ਇਸ ਤਰ੍ਹਾਂ ਕਰਕੇ ਤੁਸੀਂ ਟੱਚ ਕਰਨ ਦੀ ਕੋਸ਼ਿਸ਼ ਕਰਨੀ, 1, 2, 3, 4, 5, 6, 7, 8, 9, 10 ਫਿਰ ਤੁਸੀਂ ਲੈਗ ਕ੍ਰੋਸ ਕਰ ਸਕਦੇ ਹੋ, 1, 2, 3, 4, 5, 6, 7, 8 ਸੈਕਿੰਡ ਪੋਜੀਸ਼ਨ 1, 2, 3, 4, 5, 6, 7, 8, 9, 10 ਓਕੇ। ਆਹ ਤੁਸੀਂ ਹੈਮਸਟ੍ਰਿੰਗ ਨੂੰ ਟਾਈਟ ਨੂੰ ਰਿਲੈਕਸ ਕੀਤਾ, ਉਸ ਤੋਂ ਬਾਅਦ ਤੁਸੀਂ ਇਸ ਪੋਜੀਸ਼ਨ ਵਿੱਚ ਬੈਠਣਾ, ਯੈਸ ਹਿਪ ਤੁਹਾਡੇ ਡਾਊਨ ਜਾਣੇ ਚਾਹੀਦੇ ਆ, ਸਟੇਟ ਤੁਸੀਂ ਰਹਿਣਾ। ਇਹ ਪੋਜੀਸ਼ਨ ਬਹੁਤ ਵਧੀਆ, ਤੁਸੀਂ ਡੇਲੀ 30 ਮਿੰਟ 5-5 ਮਿੰਟ ਕਰਕੇ ਜਦੋਂ ਵੀ ਤੁਸੀਂ ਕੋਸ਼ਿਸ਼ ਕਰੋ ਇਸ ਤਰ੍ਹਾਂ ਬੈਠਾ ਕਰੋ। ਇਹ ਐਕਸਰਸਾਈਜ਼ ਬਹੁਤ ਵਧੀਆ, ਤੁਹਾਡੀ ਵਿੰਗਸ ਵਿੱਚ ਬਲੱਡ ਫਲੋ ਕਰੇਗਾ, ਐਂਡ ਇਸ ਤੋਂ ਬਾਅਦ ਤੁਹਾਨੂੰ ਫੀਲਿੰਗ ਗੁੱਡ ਆਏਗੀ ਔਰ ਤੁਹਾਡੀ ਫਲੈਕਸੀਬਿਲਿਟੀ 'ਚ ਇੰਪਰੂਵਮੈਂਟ ਹੋਏਗੀ। ਤਾਂ ਇੱਥੇ ਹੈਂਡ ਰੱਖ ਕੇ ਤੁਸੀਂ ਇਸ ਤਰ੍ਹਾਂ ਪੁਸ਼ ਵੀ ਕਰ ਸਕਦੇ ਹੋ, 1, 2, 3 ਆਪਾਂ ਇਸ ਤਰ੍ਹਾਂ ਕਰਦੇ ਰਹਾਂਗੇ, ਯੈਸ ਗੁੱਡ। ਇਸ ਤੋਂ ਬਾਅਦ ਅਸੀਂ ਹੈਂਡ ਪਿੱਛੇ ਰੱਖਣਾ, ਇਸ ਤਰ੍ਹਾਂ ਅਸੀਂ ਹਿਪ ਸਟ੍ਰੈਚ ਕਰਨਾ, 1, 2, 3, 4, 5, 6, 7, 8, 9, 10 ਓਕੇ। ਬੈਠ ਕੇ ਸਟੈਂਡ ਹੋਣਾ, ਅਤੇ ਇਹ ਐਕਸਰਸਾਈਜ਼ਾਂ ਅਸੀਂ ਤੁਹਾਨੂੰ ਬੇਸਿਕ ਦੱਸੀਆਂ ਹੈਮਸਟ੍ਰਿੰਗ ਐਂਡ ਥਾਈ ਸਟ੍ਰੈਚ ਵਾਸਤੇ। ਨੈਕਸਟ ਵੀਡੀਓ 'ਚ ਅਸੀਂ ਹੋਰ ਐਕਸਰਸਾਈਜ਼ਾਂ ਦੱਸਾਂਗੇ, ਇਹ ਸਿਰਫ ਬੇਸਿਕ ਹਾਲੇ ਥੋੜ੍ਹੀ ਐਕਸਰਸਾਈਜ਼ਾਂ ਸੀ, ਅੱਗੇ ਬਹੁਤ ਸਟ੍ਰੈਚਿੰਗ ਐਕਸਰਸਾਈਜ਼ਾਂ ਹੈ। ਮੈਂ ਤੁਹਾਨੂੰ ਵੀਡੀਓ ਫੇਸਬੁੱਕ 'ਤੇ, ਯੂਟਿਊਬ 'ਤੇ, ਇੰਸਟਾਗ੍ਰਾਮ 'ਤੇ ਭੇਜਦਾ ਰਹਾਂਗਾ। ਅਤੇ ਪਹਿਲੀ ਵੀਡੀਓ ਸੀ, ਅਤੇ ਥੈਂਕਸ ਫੋਰ ਲਵ ਐਂਡ ਗੋਡ ਬਲੈਸ ਯੂ ਆਰ।